ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸ਼ਿਕਸ਼ਾ ਦੀ ਜ਼ਰੂਰਤ ਹੈਗੀ ਹੈ, ਸਵਾਸਥ ਦੀ ਜ਼ਰੂਰਤ ਹੈਗੀ। ਕੀ ਸ਼ਿਕਸ਼ਾ ਔਰ ਸਵਾਸਥ ਦੇ ਉੱਤੇ ਤੁਸੀਂ ਕੋਈ ਕੰਮ ਨਹੀਂ ਕੀਤਾ? ਕੀਤਾ ਕਿਉਂ ਨਹੀਂ ਕੀਤਾ ਜੀ, ਸ਼ਿਕਸ਼ਾ ਦੇ ਉੱਪਰ ਤੁਹਾਡੇ ਸਾਹਮਣੇ ਸਾਡੇ ਟੀਚਰਾਂ ਦੀ ਵੀ ਲੋੜ ਹੈ। ਇਹ ਨਹੀਂ ਕਿ ਇੱਕ ਟੀਚਰ ਸਾਰੇ ਸਕੂਲ ਨੂੰ ਮੈਨੇਜਮੈਂਟ ਕਰੇਗਾ। ਜੇ ਤੁਸੀਂ ਮੋਦੀ ਜੀ ਦੇ ਪਿਛੋਕੜ ਤੇ ਝਾਕ ਮਾਰੋ, ਉਹ 100 ਦਿਨਾਂ ਚ ਇਹਨਾਂ ਨੇ ਸਭ ਤੋਂ ਪਹਿਲਾਂ ਬਲੈਕ ਮਨੀ ਨੂੰ ਨਕੇਲ ਪਾਈ। ਅੱਜ ਤੱਕ ਤਾਂ ਸ਼੍ਰੋਮਣੀ ਅਕਾਲੀ ਦਲ ਨਹੀਂ ਕੀਤੀ ਹੈ ਪੰਜਾਬ ਦੀ ਗੱਲ, ਹੋਰ ਕਿਸੇ ਪਾਰਟੀ ਨੇ ਅੱਜ ਤੱਕ ਪੰਜਾਬ ਦੀ? ਫਿਰ ਤੁਸੀਂ 2019 ਤੇ ਆ ਜਾਓ, ਆਰਟੀਕਲ 370 ਸਾਰੇ ਇੰਡੀਆ ਨੂੰ ਪਤਾ, ਉਸ ਤੋਂ ਬਾਅਦ ਟ੍ਰਿਪਲ ਤਲਾਕ ਤੇ ਨਕੇਲ ਪਾਈ। ਜੇ ਪੰਜਾਬ ਦੀ ਗੱਲ ਕਰੂਗਾ, ਜਿਹੜੀ ਪਾਰਟੀ ਪੰਜਾਬ ਦੀ ਗੱਲ ਕਰੂਗੀ ਉਹਦੇ ਨਾਲ ਹੀ ਸਾਡੀ ਪਾਰਟੀ ਜਾਏਗੀ। 24 ਦੇ ਚੈਂਪੀਅਨ ਦੀ ਜਿਹੜੀ ਚੁਣਾਵ ਵੈਨ ਹੈਗੀ ਆ ਉਹ ਆ ਪੁੱਜੀ ਹੈ ਲੁਧਿਆਣਾ ਸ਼ਹਿਰ। ਲੁਧਿਆਣਾ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਜਾ ਕੇ ਅਸੀਂ ਲੋਕਾਂ ਦੀ ਨਬਜ਼ ਟਟੋਲਾਂਗੇ ਔਰ ਜਾਣਾਂਗੇ ਕਿ ਉਹ ਇਸ ਵਾਰ ਦੀ ਵੋਟ ਕਿਹਨੂੰ ਪਾਉਣਗੇ ਔਰ ਕਿਉਂ ਪਾਉਣਗੇ। ਮੇਰੇ ਨਾਲ ਵੱਖ ਵੱਖ ਪਾਰਟੀਆਂ ਜਿਹੜੇ ਸਪੋਰਟਰ ਹੈਗੇ ਨੇ ਉਹ ਇੱਥੇ ਮੌਜੂਦ ਹੈਗੇ ਨੇ। ਹਰੇਕ ਬੰਦੇ ਦੀ ਅਸੀਂ ਨਬਜ਼ ਟਟੋਲਾਂਗੇ, ਹਰੇਕ ਨੂੰ ਜਾਣਾਂਗੇ ਕਿ ਕੌਣ ਨੁਮਾਇੰਦਾ ਔਰ ਕਿਉਂ ਵੋਟ ਪਾ ਰਿਹਾ ਵਾ ਕਿਸ ਨੁਮਾਇੰਦੇ ਨੂੰ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਇਹਨਾਂ ਨਾਲ। ਸਰ, ਕਿਸ ਪਾਰਟੀ ਤੋਂ ਹੈਗੇ ਤੁਸੀਂ ਔਰ ਆਮ ਆਦਮੀ ਪਾਰਟੀ ਤੋਂ ਜੇਕਰ ਤੁਸੀਂ ਹੈਗੇ ਤਾਂ ਕਿਉਂ ਤੁਸੀਂ ਉਹਨੂੰ ਸਪੋਰਟ ਕਰ ਰਹੇ ਹੋ? ਮੈਂ ਆਮ ਆਦਮੀ ਪਾਰਟੀ ਤੋਂ ਰਾਜਕੁਮਾਰ ਅਗਰਵਾਲ। ਜਿੱਥੋਂ ਤੱਕ ਸਪੋਰਟ ਕਰਨ ਦਾ ਸਵਾਲ ਹੈ, ਮੈਂ ਤਾਂ ਬਹੁਤ ਦੇਰ ਤੋਂ ਪਾਰਟੀ ਦੀ ਸੇਵਾ ਲੱਗਿਆ ਹੋਇਆ। ਜਦੋਂ ਕਿ ਇਹਨਾਂ ਹਜ਼ਾਰੇ ਤੋਂ ਸਿਸਟਮ ਸ਼ੁਰੂ ਹੋਇਆ ਸੀਗਾ, ਲਗਾਓ ਹੁੰਦਾ ਜੀ ਇੱਕ ਕਿਸੇ ਬੰਦੇ ਦੀ ਨੀਤੀ ਔਰ ਨੀਅਤ ਆਪਾਂ ਨੂੰ ਅੱਛੇ ਲੱਗਦੇ ਹੈ। ਜੋ ਸਾਡੇ ਹਿੰਦੁਸਤਾਨ ਦੇ ਹਾਲਾਤ ਦੇ ਮੁਤਾਬਿਕ ਜੈਸੀਆਂ ਜੈਸੀਆਂ ਪਹਿਲਾਂ ਰਾਜਨੀਤਿਕ ਭਾਸ਼ਾਵਾਂ ਚੱਲਦੀਆਂ ਰਹੀਆਂ, ਉਹ ਉਹੀ ਮੋੜ ਘੜੇ ਤੋਂ ਜਿੱਦਾਂ ਆਪਾਂ ਲਾਲ ਕਿਲੇ ਦੀ ਕਹਿ ਦਈਏ ਜਾਂ ਹੋਰ ਕਹਿ ਦਈਏ, ਇਹ ਚੀਜ਼ਾਂ ਚੱਲਦੀਆਂ। ਇਸ ਲਈ ਆਪਾਂ ਗੱਲ ਕਰੀਏ ਸਿਰਫ ਮੁੱਦਿਆਂ ਦੀ, ਇਸ ਲਈ ਲੁਧਿਆਣੇ ਸ਼ਹਿਰ ਦੇ ਵਿੱਚ ਮੁੱਦੇ ਕਿਹੜੇ? ਤੁਸੀਂ ਪੁੱਛਿਆ ਕਿਉਂ ਜੁੜੇ ਹੋ, ਮੈਂ ਉੱਥੇ ਵੀ ਜੁੜਿਆ ਕਿਉਂ, ਮੈਂ ਜੁੜਿਆ ਕਿਉਂ, ਮੈਂ ਇਹਨਾਂ ਨੂੰ ਮੇਰੀਆਂ ਮਤਲਬ ਨੀਤੀਆਂ ਅੱਛੀਆਂ ਲੱਗੀਆਂ, ਐਜੂਕੇਸ਼ਨ ਸੀਗੇ, ਕਮਿਸ਼ਨਰ ਸੀਗੇ। ਔਰ ਜਿੱਥੇ ਤੱਕ ਮੁੱਦਿਆਂ ਦਾ ਸਵਾਲ ਹੈ, ਮੁੱਦੇ ਹਮੇਸ਼ਾ ਉਹੀ ਇਨਸਾਨ ਚੱਕੇਗਾ ਜਿਹਦੇ ਵਿੱਚ ਆਪਣੀ ਕੋਈ ਕੁਆਲਿਟੀ ਹੋਵੇ, ਜਿਹਨੇ ਕੁਛ ਤਿਆਗਿਆ ਹੋਵੇ। ਉਹਨਾਂ ਨੇ ਬਹੁਤ ਕੁਛ ਤਿਆਗਿਆ, ਤੁਹਾਨੂੰ ਸਭ ਨੂੰ ਪਤਾ ਉਹਨਾਂ ਦੀ ਹਿਸਟਰੀ ਦਾ, ਕੇਜਰੀਵਾਲ ਜੀ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਲੁਧਿਆਣਾ ਸ਼ਹਿਰ ਦੀ ਗੱਲ ਕਰ ਰਹੇ ਹਾਂ ਸਰ, ਲੁਧਿਆਣਾ ਸ਼ਹਿਰ ਵਿੱਚ ਮੁੱਦੇ ਕੀ ਹੈਗੇ? ਅੱਜ ਗੱਲ ਆ ਗਈ ਲੁਧਿਆਣੇ ਦੀ, ਲੁਧਿਆਣਾ ਸ਼ਹਿਰ ਦੇ ਵਿੱਚ ਨਹੀਂ, ਅਸੀਂ ਪੂਰੇ ਪੰਜਾਬ ਦੀ ਗੱਲ ਕਰਾਂਗੇ। ਪੂਰੇ ਪੰਜਾਬ ਦੇ ਵਿੱਚ ਅਸੀਂ ਸਭ ਨਾਲ ਵੱਧ ਇੰਡਸਟਰੀ ਪਹਿਲਾਂ ਡਿਵੈਲਪ ਕਰਾਂਗੇ। ਉਹਦੇ ਨਾਲ ਨਾਲ ਦੋ ਚੀਜ਼ਾਂ ਨੇ ਜਿਹੜੀਆਂ ਕਿ ਸਾਡੇ ਹਿੰਦੁਸਤਾਨ ਦੀ ਗਰੀਬੀ ਨੂੰ ਦੂਰ ਕਰ ਸਕਦੀਆਂ ਨੇ, ਸਿੱਖਿਆ ਅਤੇ ਸਿਹਤ। ਸਾਡਾ ਮੇਨ ਏਜੰਡਾ ਸਾਡੀ ਪਾਰਟੀ ਦਾ ਸ਼ੁਰੂ ਦਾ ਹੀ ਰਿਹਾ ਸਿੱਖਿਆ ਅਤੇ ਸਿਹਤ, ਕਿਉਂਕਿ ਇਹ ਦੋ ਚੀਜ਼ਾਂ ਐਸੀਆਂ ਨੇ ਪੂਰੀ ਦੁਨੀਆ ਦੇ ਵਿੱਚ, ਜਦੋਂ ਇਹ ਦੋ ਚੀਜ਼ਾਂ ਕਾਇਮ ਹੋ ਜਾਣਗੀਆਂ ਤਾਂ ਕਿਸੇ ਇਨਸਾਨ ਨੂੰ ਨਾ ਫ੍ਰੀ ਦੇਣ ਦੀ ਲੋੜ ਹੈ ਨਾ ਫ੍ਰੀ ਲੈਣ ਦੀ ਲੋੜ ਹੈ। ਫ੍ਰੀ ਲੈਣ ਦੀ ਔਰ ਫ੍ਰੀ ਦੇਣ ਦੀ ਕੋਈ ਸੁਵਿਧਾ ਜ਼ਰੂਰਤ ਨਹੀਂ ਹੈਗੀ। ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੀ ਲੋਕ ਹੈਗੇ ਨੇ, ਉਹਨਾਂ ਨਾਲ ਅਸੀਂ ਗੱਲ ਕਰ ਲੈਂਦੇ ਹਾਂ, ਕਿਉਂਕਿ ਸਭ ਤੋਂ ਵੱਧ ਕਾਰਜਕਾਲ ਜਿਹੜਾ ਵਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਰੱਖਿਆ ਵਾ ਆਪਣਾ। ਸਰ, ਕਿੰਨਾ ਮੁੱਦਿਆਂ ਨੂੰ ਲੈ ਕੇ ਤੁਸੀਂ ਲੋਕਾਂ 'ਚ ਜਾ ਰਹੇ ਹੋ ਔਰ ਲੋਕ ਤੁਹਾਨੂੰ ਵੋਟ ਕਿਉਂ ਪਾਉਣ? ਕਿੰਨਾ ਕਿਸ ਚੀਜ਼ ਦੀ ਜ਼ਰੂਰਤ ਹੈਗੀ ਲੁਧਿਆਣਾ ਸ਼ਹਿਰ ਦੇ? ਦੇਖੋ, 10 ਸਾਲ ਹੈ, ਅਸੀਂ 10 ਸਾਲ ਵਜ਼ਾਰਤ ਵਿੱਚ ਰਹੇ ਹਾਂ, 10 ਸਾਲ ਦੇ ਡਿਵੈਲਪਮੈਂਟ ਸਾਰੀ ਜਨਤਾ ਨੂੰ ਪਤਾ ਵਾ, ਸਾਰੀਆਂ ਪਾਰਟੀਆਂ ਜਾਣਦੀਆਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੂਰਾ ਡਿਵੈਲਪਮੈਂਟ ਕੀਤੀ ਹੈ। ਜਿੰਨੇ ਵੀ ਅੱਜ ਤੱਕ ਵਿਰਾਸਤ ਏ ਖਾਲਸਾ ਜਾਂ ਕੋਈ ਵੀ ਆਪਣਾ ਬਣੀ ਹੈ ਉਹ ਅਕਾਲੀ ਦਲ ਦੀ ਸਰਕਾਰ 'ਚ ਬਣੀ ਹੈ। ਅਤੇ ਜਿਹੜੇ ਸਾਡੇ ਮੁੱਦੇ ਆ, ਜਿਵੇਂ ਕਿ ਹੁਣ ਮੈਟਰੋ ਦੀ ਲੋੜ ਹੈ, ਏਮਸ ਦੀ ਲੋੜ ਹੈ, ਤੁਸੀਂ ਦੇਖਿਆ ਹੋਣਾ ਆਪਣਾ ਬਠਿੰਡੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਏਰੀਏ ਵਿੱਚ ਏਮਸ ਹੈ, ਅਤੇ ਅਸੀਂ ਚਾਹੁੰਦੇ ਜੇ ਸਾਡਾ ਕੈਂਡੀਡੇਟ ਇੱਥੇ ਜਿਤਾਉਂਦੀ ਹੈ ਸਰਕਾਰ। ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸ਼ਿਕਸ਼ਾ ਦੀ ਜ਼ਰੂਰਤ ਹੈਗੀ ਹੈ, ਸਵਾਸਥ ਦੀ ਜ਼ਰੂਰਤ ਹੈਗੀ। ਕੀ ਸ਼ਿਕਸ਼ਾ ਔਰ ਸਵਾਸਥ ਦੇ ਉੱਤੇ ਤੁਸੀਂ ਕੋਈ ਕੰਮ ਨਹੀਂ ਕੀਤਾ? ਕੀਤਾ ਕਿਉਂ ਨਹੀਂ ਕੀਤਾ ਜੀ, ਸ਼ਿਕਸ਼ਾ ਦੇ ਉੱਪਰ ਤੁਹਾਡੇ ਸਾਹਮਣੇ ਸਾਡੇ ਜਿਹੜੇ ਪਹਿਲੇ ਮਾਡਲ ਸਕੂਲ ਖੋਲ੍ਹੇ ਗਏ ਆ, ਅਕਾਲੀ ਦਲ ਦੀ ਸਰਕਾਰ 'ਚ ਖੋਲ੍ਹੇ ਗਏ। ਕੀ ਤੁਸੀਂ ਕੀ ਕਹਿਣਾ ਚਾਹੋਗੇ? ਸਰ, ਜੇ ਆਮ ਆਦਮੀ ਪਾਰਟੀ ਕਹਿੰਦੀ ਆ ਵੀ ਸ਼ਿਕਸ਼ਾ ਦੇ, ਇਹਨਾਂ ਨੂੰ ਪੁੱਛਿਆ ਜਾਵੇ ਇੱਕ ਸਕੂਲ ਦੇ ਵਿੱਚ ਕਿੰਨੇ ਟੀਚਰ ਆ, ਕਿੰਨੇ ਬੱਚੇ ਆ, ਕਿੰਨੀ ਕੁ ਸ਼ਿਕਸ਼ਾ ਅੱਗੇ ਲਿਜਾ ਰਹੇ ਆ, ਜੇ 100 ਸ਼ਿਕਸ਼ਾ ਹੈਗਾ ਤਾਂ ਉਹਦੇ ਵਿੱਚ ਟੀਚਰਾਂ ਦੀ ਵੀ ਲੋੜ ਆ। ਇਹ ਨਹੀਂ ਕਿ ਇੱਕ ਟੀਚਰ ਸਾਰੇ ਸਕੂਲ ਨੂੰ ਮੈਨੇਜਮੈਂਟ ਕਰੇਗਾ, ਇਹਦੇ ਨਾਲ ਨਹੀਂ ਹੁੰਦੀ ਮੈਨੇਜਮੈਂਟ। ਅਕਾਲੀ ਦਲ ਦੀ ਗੱਠਜੋੜ ਪਾਰਟੀ ਰਹਿ ਚੁੱਕੀ ਹੈ, ਬੀਜੇਪੀ ਵਾਲੇ ਨਾਲ ਵੀ ਗੱਲ ਕਰ ਲੈਣੇ। ਸਰ, ਗੱਠਜੋੜ ਰਹੇ ਹੋ, ਕੀ ਲੱਗਦਾ ਕਿ ਜਦੋਂ ਗੱਠਜੋੜ ਸੀਗਾ ਉਸ ਵੇਲੇ ਵੀ ਪੰਜਾਬ 'ਚ ਕੁਛ ਕੀਤਾ ਨਹੀਂ ਕੀਤਾ ਰਲ ਕੇ, ਜਾਂ ਇਸੇ ਕਰਕੇ ਅਲੱਗ ਹੋਏਗੇ ਜੇ ਕੁਛ ਹੋਇਆ ਨਹੀਂ?
ਵੀ ਦੇਖੋ ਪੰਜਾਬ 'ਚ ਬਹੁਤ ਕੁਛ ਹੋਇਆ, ਗੱਠਜੋੜ ਹੋਣਾ ਨਾ ਹੋਣਾ ਇਹ ਹਾਈਕਮਾਂਡ ਦੀਆਂ ਗੱਲਾਂ ਹੁੰਦੀਆਂ, ਪਰ ਹੁਣ ਜੇ 2024 ਦੇਖਿਆ ਜਾਵੇ ਬੀਜੇਪੀ ਅਸੀਂ ਸਰ ਆਪਦੇ ਦਮ 'ਤੇ ਲੜ ਰਹੇ ਹਾਂ ਅਤੇ ਇੱਕੋ ਹੀ ਏਜੰਡਾ ਡਿਵੈਲਪਮੈਂਟ। ਜੇ ਤੁਸੀਂ ਮੋਦੀ ਜੀ ਦੇ ਪਿਛੋਕੜ 'ਤੇ ਝਾਕ ਮਾਰੋ, 2014 ਸਰਕਾਰ ਆਈ ਉਹ 100 ਦਿਨ ਦਾ ਕਾਰਿਆਕਾਲ ਦਾ ਲੋਕਾਂ ਨੂੰ ਬਿਓਰਾ ਦਿੰਦੇ ਨੇ, ਉਹ 100 ਦਿਨਾਂ 'ਚ ਇਹਨਾਂ ਨੇ ਸਭ ਤੋਂ ਪਹਿਲਾਂ ਬਲੈਕ ਮਨੀ ਨੂੰ ਨਕੇਲ ਪਾਈ। ਫਿਰ ਤੁਸੀਂ 2019 'ਤੇ ਆ ਜਾਓ, ਆਰਟੀਕਲ 370 ਸਾਰੇ ਇੰਡੀਆ ਨੂੰ ਪਤਾ, ਉਸ ਤੋਂ ਬਾਅਦ ਟ੍ਰਿਪਲ ਤਲਾਕ 'ਤੇ ਨਕੇਲ ਪਾਈ। ਇਸ ਵਾਰ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਊਗੀ ਕਿ ਜਿਹੜਾ 2024 ਦਾ ਰਿਪੋਰਟ ਕਾਰਡ ਮੋਦੀ ਜੀ ਨੇ ਦੇਣਾ ਉਹ ਇਸ ਵਾਰ 100 ਦਿਨ ਦਾ ਨਹੀਂ ਦੇਣਾ, ਉਹ 125 ਦਿਨਾਂ ਦਾ ਦੇਣਾ। 100 ਦਿਨ ਜਿਵੇਂ ਰੈਗੂਲਰ ਹੁੰਦਾ ਸੀ ਅਤੇ 25 ਦਿਨ ਸਪੈਸ਼ਲ ਯੂਥ ਸੈਂਟਰ। ਪੰਜਾਬ ਵਾਸਤੇ ਕੀ ਕਰ ਰਹੇ ਹੋ ਸਰ? ਪੰਜਾਬ ਦੇ ਲੋਕ ਤੁਹਾਨੂੰ ਵੋਟ ਕਿਉਂ ਪਾਉਣ? ਪੰਜਾਬ ਦੇ ਲੋਕ ਸਾਨੂੰ ਤਾਂ ਵੋਟ ਪਾਉਣ ਕਿਉਂਕਿ ਹਰ ਵਾਰ ਪੰਜਾਬ ਨਾਲ ਇਹ ਵਿਤਕਰਾ ਹੋਇਆ ਕਿ ਜਦੋਂ ਸੈਂਟਰ 'ਚ ਗੌਰਮੈਂਟ ਹੁੰਦੀ ਹੈ ਇੱਥੇ ਗੌਰਮੈਂਟ ਨਹੀਂ ਹੁੰਦੀ। ਪੰਜਾਬ ਨੂੰ ਚਾਹੀਦੀ ਹੈ ਡਬਲ ਇੰਜਨ ਸਰਕਾਰ। ਜਿਵੇਂ ਆਪਾਂ ਲੁਧਿਆਣੇ ਦੀ ਗੱਲ ਕਰ ਲਓ, ਲੁਧਿਆਣਾ ਵਾਜ਼ ਨੋਨ ਐਜ਼ ਮੈਨਚੈਸਟਰ ਆਫ ਇੰਡੀਆ। ਜਿਵੇਂ ਇੰਗਲੈਂਡ 'ਚ ਮੈਨਚੈਸਟਰ ਹੈ ਉਹ ਇੱਕ ਇੰਡਸਟਰੀਅਲ ਹੱਬ ਹੈ, ਲੁਧਿਆਣਾ ਇੱਕ ਇੰਡਸਟਰੀਅਲ ਹੱਬ ਹੈ, ਬਟ ਇੱਥੋਂ ਦੀ ਜ਼ਿਆਦਾ ਇੰਡਸਟਰੀ ਅੱਡ ਅੱਡ ਪਾਰਟੀਆਂ ਦੇ ਕਾਰਿਆਕਾਲ 'ਚ, ਕੋਈ ਬੱਦੀ ਚੱਲ ਗਿਆ, ਕੋਈ ਯੂਪੀ ਚੱਲ ਗਿਆ, ਜਿੱਥੇ ਜਿੱਥੇ ਉਹਨਾਂ ਨੂੰ ਇੰਡਸਟਰੀ ਰਿਲੇਟਿਵ ਪੈਕੇਜਸ ਮਿਲ ਜਾਂਦੇ ਜਾਈ ਜਾਂਦੇ ਆ। ਤਾਂ ਬੀਜੇਪੀ ਨੇ ਡਿਸਾਈਡ ਕੀਤਾ ਹੈ ਕਿ ਜਦੋਂ ਬੀਜੇਪੀ ਇਹ ਪਾਵਰ 'ਚ ਇਸ ਵਾਰ ਆਊਗੀ ਤਾਂ ਲੁਧਿਆਣੇ ਤੋਂ MP ਬਿੱਟੂ ਜੀ ਇਹ ਕਹਿੰਦੇ ਆ ਕਿ ਅਸੀਂ ਸਿੰਗਲ ਵਿੰਡੋ ਇੰਡਸਟਰੀਅਲ ਸਲਿਊਸ਼ਨ ਬਣਾਵਾਂਗੇ। ਕਿਸੇ ਨੇ ਕੋਈ ਇੰਡਸਟਰੀ ਲਾਉਣੀ ਹੈ ਉਹਦਾ ਇੱਕ ਲਾਇਸੈਂਸ ਤੋਂ ਲੈ ਕੇ ਉਹਦਾ ਸਾਰੇ ਪ੍ਰੋਬਲਮਸ ਤੋਂ ਲੈ ਕੇ 1 ਸਟੈਪ 1 ਵਿੰਡੋ ਸਲਿਊਸ਼ਨ ਹੋਊਗਾ। ਸੋ ਡਿਵੈਲਪਮੈਂਟ ਜੇ ਕਰਾਉਣੀ ਹੈ ਤਾਂ ਆਪਾਂ ਨੂੰ ਯੋਗਦਾਨ ਪਾ ਕੇ ਕਮਲ ਦੇ ਫੁੱਲ 'ਤੇ ਮੋਹਰਾਂ ਲਾ ਕੇ ਮੋਦੀ ਜੀ ਨੂੰ ਹੋਰ ਤਾਕਤਵਰ ਕਰਨਾ, ਕਿਉਂਕਿ ਕਮਲ ਦੇ ਫੁੱਲ ਦੇ ਉੱਤੇ ਮੋਹਰਾਂ ਲਾ ਕੇ ਯੋਗਦਾਨ ਪਾ ਕੇ ਕਮਲ ਨੂੰ ਫੁੱਲ ਨੂੰ ਕਾਮਯਾਬ ਬਣਾਉਣ ਦੀ ਗੱਲ ਕਰ ਰਹੇ ਨੇ। ਸਰ, ਆਮ ਆਦਮੀ ਪਾਰਟੀ ਨੇ ਕੁਛ ਨਹੀਂ ਕੀਤਾ 2.5 ਸਾਲਾਂ 'ਚ, 2 ਸਾਲਾਂ 'ਚ? ਆਮ ਆਦਮੀ ਪਾਰਟੀ ਨੇ ਅੱਜ ਤੱਕ ਜੋ ਕੁਛ ਵੀ ਕੀਤਾ ਉਸ ਦਾ ਲਾਭ ਪੂਰਾ ਪੰਜਾਬ ਲੈ ਰਿਹਾ। ਸਭ ਤੋਂ ਪਹਿਲਾਂ ਅਸੀਂ ਬਿਜਲੀ ਮੁਫਤ ਕੀਤੀ, ਸ਼ਿਕਸ਼ਾ ਮੁਫਤ ਕੀਤੀ, ਸਿਹਤ ਮੁਫਤ ਕੀਤੀ, ਉਸ ਤੋਂ ਬਾਅਦ ਅਸੀਂ 48,000 ਨੌਕਰੀਆਂ ਦਿੱਤੀਆਂ ਭ੍ਰਿਸ਼ਟਾਚਾਰੀਆਂ ਨੂੰ ਫੜ ਕੇ ਅੰਦਰ ਕੀਤਾ। ਉਸ ਤੋਂ ਬਾਅਦ ਅਸੀਂ ਸਕੂਲ ਜਿਹੜੇ ਨੇ ਉਹ ਬਹੁਤ ਵਧੀਆ ਬਣਾ ਤੇ, ਜਿਹਦੇ ਨਾਲ ਬੱਚਿਆਂ ਨੂੰ ਐਜੂਕੇਸ਼ਨ ਅੱਛੀ ਮਿਲੂਗੀ। ਸਾਡੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਦਾ ਬੱਚਾ ਵੀ ਉੱਥੇ ਹੀ ਬੈਠਾ, ਰਿਕਸ਼ਾ ਚਲਾਉਣ ਵਾਲੇ ਦਾ ਬੱਚਾ ਵੀ ਉੱਥੇ ਹੀ ਬੈਠਾ, ਸਾਡੇ ਸਕੂਲ ਦੇ ਵਿੱਚ ਜੱਜ ਸਾਹਿਬ ਦਾ ਬੱਚਾ ਵੀ ਉੱਥੇ ਹੀ। ਆਮ ਆਦਮੀ ਪਾਰਟੀ ਦੇ ਜੇਕਰ ਨੁਮਾਇੰਦਾ ਜਿੱਦਾਂ ਤਾਂ ਜਾ ਕੇ ਪਿੱਛੇ ਕਿਤੇ ਪਿਆ ਬੈਠੂਗਾ? ਰਾਹੁਲ ਗਾਂਧੀ ਦੇ ਪਿੱਛੇ ਬੈਠੂਗਾ ਜਾਂ ਆਪਣੀ ਕੁਰਸੀ ਅਲੱਗ ਡਾਊ? ਅਸੀਂ ਆਪਣੀ ਕੁਰਸੀ 'ਤੇ ਬੈਠਾਂਗੇ, ਅਸੀਂ ਆਪਣੀ ਆਮ ਆਦਮੀ ਪਾਰਟੀ ਦੀ ਕੁਰਸੀ 'ਤੇ ਬੈਠਾਂਗੇ। ਸਰ, ਇੰਡੀਅਨ ਜਿਹੜਾ ਗੱਠਜੋੜ ਹੈਗਾ ਵਾ ਉਹ ਕਿਸ ਚੀਜ਼ ਦਾ ਗੱਠਜੋੜ ਹੋਇਆ? ਦੇਖੋ ਜੀ, ਸੰਗਠਨ ਦਾ ਇੱਥੇ ਸਵਾਲ ਹੈ ਨਾ, ਜਦੋਂ ਇੰਡੀਆ ਲੈਵਲ 'ਤੇ ਅਸੀਂ ਜਿੱਤ ਲੈਂਦੇ ਹਾਂ ਤਾਂ ਕੁਦਰਤੀ ਹੈ ਵੀ ਉੱਪਰ ਜਾ ਕੇ ਤਾਂ ਅਸੀਂ ਇਕੱਠੇ ਹੋਵਾਂਗੇ। ਦੇਖੋ ਨੈਚੁਰਲੀ ਇਹ ਸੰਗਠਨ ਦਾ, ਕਿਸੇ ਕਾਂਗਰਸ ਨਾਲ ਨਹੀਂ ਹੈ, ਆਪਾਂ ਕਹਿੰਦੇ ਵੀ ਇਕੱਲੀ ਕਾਂਗਰਸ ਨਾਲ ਹੈ, ਨਹੀਂ, ਇਹ 28 ਪਾਰਟੀਆਂ ਦਾ ਸੰਗਠਨ ਹੈ, ਸੰਗਠਨ ਹੀ ਹਿੰਦੁਸਤਾਨ ਨੂੰ ਅੱਗੇ ਲਿਜਾਉਣ ਵਾਸਤੇ ਇਕੱਠਾ ਹੋਇਆ। ਬਿਲਕੁਲ ਬਿਲਕੁਲ, ਤੁਸੀਂ ਦੱਸੋ ਸਰ, ਤੁਸੀਂ ਜੇ ਤੁਹਾਡਾ ਪਾਰਟੀ ਦਾ ਨੁਮਾਇੰਦਾ ਜਿੱਦਾ, ਤੁਸੀਂ ਕਿਤੇ ਜਾ ਕੇ ਪਿੱਛੇ ਬੈਠੋਗੇ? ਸਾਡੀ ਪਾਰਟੀ ਦਾ ਨੁਮਾਇੰਦਾ ਜਿੱਤਦਾ ਦੀ ਉਹ ਪੰਜਾਬ ਦੀ ਗੱਲ ਕਰੂਗਾ, ਜਿਹੜੀ ਪਾਰਟੀ ਪੰਜਾਬ ਦੀ ਗੱਲ ਕਰੂਗੀ ਉਹਦੇ ਨਾਲ ਹੀ ਸਾਡੀ ਪਾਰਟੀ ਜਾਏਗੀ। ਬਿਲਕੁਲ, ਪੰਜਾਬ ਦੀ ਪਾਰਟੀ, ਪੰਜਾਬ ਦੀ ਗੱਲ ਤਾਂ ਕਹਿੰਦੇ ਸਾਰੀ ਪਾਰਟੀਆਂ ਗੱਲ ਕਰ ਰਹੀਆਂ, ਮੈਂ ਤੁਸੀਂ ਕਿਸੇ ਕਿਹਦੇ ਨਾਲ ਜੁੜੋਗੇ? ਅੱਜ ਤੱਕ ਤਾਂ ਸ਼੍ਰੋਮਣੀ ਅਕਾਲੀ ਦਲ ਨਹੀਂ ਕੀਤੀ ਹੈ ਪੰਜਾਬ ਦੀ ਗੱਲ, ਹੋਰ ਕਿਸੇ ਪਾਰਟੀ ਨੇ ਅੱਜ ਤੱਕ ਪੰਜਾਬ ਦੀ ਗੱਲ? 104 ਸਾਲ ਪੁਰਾਣੀ ਪਾਰਟੀ ਹੈ ਜੀ, ਪੰਜਾਬ ਦੇ ਖੇਤਰੀ ਹੱਕਾਂ ਦੀ, ਸਾਰੇ ਹੱਕਾਂ ਦੀ ਗੱਲ ਪੰਜਾਬ ਦੇ ਪਾਰਟੀ ਜਾਣ ਸਕਦੀ ਹੈ, ਨਾ ਕਿ ਨੈਸ਼ਨਲ ਪਾਰਟੀਆਂ ਇਹਨਾਂ ਨੂੰ ਜਾਣ ਸਕਦੀਆਂ ਨੇ। ਇਹ ਸਭ ਤੋਂ ਪੁਰਾਣੀ ਪਾਰਟੀ, ਸ਼ਹੀਦਾਂ ਦੀ ਜਥੇਬੰਦੀ ਰਹੀ ਹੈ ਇਹ। ਅਕਾਲੀ ਦਲ ਨੇ ਆਪਣੇ ਖੂਨ ਵਾਲੇ ਪਾਰਟੀ ਦਿੱਤੀ ਹੈ, 104 ਸਾਲ ਇਹਦਾ ਇਤਿਹਾਸ ਹੋ ਗਿਆ, ਉਤਾਰ ਚੜ੍ਹਾ ਆਉਂਦੇ ਰਹਿੰਦੇ ਸਾਰੀ ਜ਼ਿੰਦਗੀ, ਕੋਈ ਨਾ ਕੋਈ ਤਾਂ ਪਾਰਟੀ ਉੱਪਰ ਜਾਂਦੀ, ਕੋਈ ਥੱਲੇ ਜਾਂਦੀ ਹੈ, ਪਰ ਇਹਦਾ ਮਤਲਬ ਇਹ ਨਹੀਂ ਵੀ ਅਕਾਲੀ ਦਲ ਦੀ ਸਰਕਾਰ 'ਚ ਮੇਨ ਬਿਜਲੀ ਮਿਲੀ, ਅਕਾਲੀ ਦਲ ਦੀ ਸਰਕਾਰ 'ਚ ਬਿਜਲੀ ਸਰਪਲਸ ਸੂਬਾ ਕੀਤਾ ਅਕਾਲੀ ਦਲ ਸਰਕਾਰ ਨੇ। ਬਾਦਲ ਸਾਰਾ ਜੇ ਐਲੀਮੈਂਟਰੀ ਸਕੂਲ ਬਣਾਏ ਨੇ, ਉਹ ਅਸੀਂ ਅੱਜ ਵੀ ਜਾ ਕੇ ਦੇਖ ਸਕਦੇ, ਬੱਚੇ ਫ੍ਰੀ ਪੜ੍ਹਦੇ ਆ ਉੱਥੇ। ਇਹ ਬਿਜਲੀ ਫ੍ਰੀ ਦਿੱਤੀ ਹੈ, ਬਿਜਲੀ ਨੂੰ ਡਿਵੈਲਪ ਕੀਤਾ ਵਾ, ਮੇਰਾ ਬੀਜੇਪੀ ਦੇ ਹੈਗੇ। ਸਰ, ਤੁਸੀਂ ਗੱਠਜੋੜ ਕਿਉਂ ਤੋੜਿਆ ਅਕਾਲੀ ਦਲ ਦੇ? ਇਹ ਦੇਖੋ, ਪਾਰਟੀ ਦੇ ਫੈਸਲੇ ਹੁੰਦੇ, ਜਦੋਂ ਦੇਖਿਆ ਕਿ ਅਕਾਲੀ ਦਲ ਲੋਕਾਂ ਦੀ ਡਿਵੈਲਪਮੈਂਟ ਪੱਖੀ ਨੀਤੀਆਂ ਵੱਲ ਨਹੀਂ ਜਾ ਰਿਹਾ, ਅਕਾਲੀ ਦਲ ਆਪਦੀ ਇੱਕ ਪ੍ਰਾਈਵੇਟ ਲਿਮਿਟਡ ਕੰਪਨੀ ਬਣ ਕੇ ਰਹਿ ਗਿਆ, ਤਾਂ ਬੀਜੇਪੀ ਨੂੰ ਸਖਤ ਫੈਸਲਾ ਲੈਣਾ ਪਿਆ। ਅਤੇ ਅੱਗੇ ਵੀ ਇਹ ਬੀਜੇਪੀ ਨੇ ਸਪਸ਼ਟ ਕਰਤਾ ਕਿ ਅਸੀਂ ਅਕਾਲੀ ਦਲ ਨਾਲ ਜਾਂ ਕਿਸੇ ਹੋਰ ਪਾਰਟੀ ਨਾਲ ਪੰਜਾਬ 'ਚ ਕੋਈ ਗੱਠਜੋੜ ਨਹੀਂ ਕਰਾਂਗੇ। ਅਤੇ ਰਹੀ ਗੱਲ ਇੰਡੀਆ ਦੀ, ਜਿਹੜਾ ਇਹਨਾਂ ਨੇ ਇੰਡੀਆ ਬਲੌਕ ਬਣਾਇਆ,
ਇਹ ਤਾਂ ਉਹੀ ਗੱਲ ਹੈ ਵੀ ਵਿਆਹ ਧਰਿਆ ਹੋਇਆ ਸ਼ੇਰਵਾਨੀ ਸਾਰੇ ਪਾਈ ਫਿਰਦੇ, ਉਹਨਾਂ ਨੂੰ ਆਪ ਨੂੰ ਨਹੀਂ ਪਤਾ ਵੀ ਲਾੜਾ ਕਿਹਨੇ ਬਣਨਾ। ਤਾਂ ਜਿਹੜੇ ਜਿਨ੍ਹਾਂ ਨੂੰ ਇੰਨੀ ਕਲੈਰਟੀ ਨਹੀਂ ਹੈ ਕਿ ਉਹਨਾਂ ਦਾ ਲੀਡਰ ਕੌਣ ਹੈ, ਲੋਕ ਉਹਨਾਂ ਨੂੰ ਵੋਟ ਪਾ ਕੇ ਆਪਦੀ ਵੋਟ ਵੇਸਟ ਕਿਉਂ ਕਰਨ? ਨਰਿੰਦਰ ਮੋਦੀ ਜੀ ਨੇ 10 ਸਾਲ ਆਪਣਾ ਜੋ ਕਰਿਸ਼ਮਾ ਦਿਖਾਇਆ ਉਹ 10 ਦੇ 15 ਕਰ ਦਿਓ, ਤੁਹਾਨੂੰ ਪਤਾ ਚੱਲ ਜੂਗਾ ਕਿ ਇੰਡੀਆ ਕਿਹੜੇ ਪਾਸੇ ਵਰਲਡ ਫਸਟ 5 ਇਕਨੋਮੀਸ 'ਚ ਆਉਣ ਨੂੰ। ਇੰਡੀਆ ਨੂੰ ਸਿਰਫ ਮੋਦੀ ਜੀ ਨੂੰ ਆਹ 5 ਸਾਲ ਦੇ ਦਿਓ, ਤੁਸੀਂ ਦੇਖੋ ਇੰਡੀਆ ਕਿਵੇਂ ਇੱਕ ਮੇਜਰ ਇਕਨੋਮੀਕਲ ਬੂਸਟਰ ਬਣ ਕੇ ਅੱਗੇ ਆਉਂਦਾ। ਬਿਲਕੁਲ, ਇਹ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਸੀ ਜਿਨ੍ਹਾਂ ਅਸੀਂ ਗੱਲ ਕੀਤੀ ਔਰ ਹਰੇਕ ਦੀ ਨਬਜ਼ ਟਟੋਲਣ ਦੀ ਕੋਸ਼ਿਸ਼ ਕੀਤੀ ਔਰ ਹਰ ਪਾਰਟੀ ਨੇ ਆਪਣੇ ਆਪਣੇ ਪਾਰਟੀ ਦੇ ਨੁਮਾਇੰਦੇ ਦੀ ਬੜਾਈ ਕੀਤੀ ਆ ਔਰ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਕਿਹਨੂੰ ਵੋਟ ਪਾਉਂਦੇ ਨੇ ਔਰ ਕਿਹੜੇ ਪਾਰਟੀ ਦਾ ਨੁਮਾਇੰਦਾ ਲੁਧਿਆਣਾ ਸੀਟ ਤੋਂ ਜਿੱਦਾ ਵੈ।